ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ, 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 8ਵਾਂ ਬੀਜ ਗਣਿਤਿਕ ਵਿਅੰਜਕ ਅਤੇ ਤਤਸਮਕ ਅਭਿਆਸ ਨੰਬਰ 8.5 ਤੇ ਇਸ ਅਭਿਆਸ ਦਾ ਪਹਿਲਾ ਸਵਾਲ ਇਸ ਵੀਡੀਓ ਵਿੱਚ ਅਸੀਂ ਕਰਾਂਗੇ। ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਅਤੇ ਸਮਝੋ। ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ, ਪਰ ਮਗਰੋਂ ਦੀ ਸਵਾਲ ਦੇ ਸਾਰੇ ਭਾਗਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ। ਸਵਾਲ ਸ਼ੁਰੂ ਕਰੀਏ। ਇਹ ਬੱਚੋ ਸਵਾਲ ਹੈਗਾ ਕਿ ਢੁਕਵੇਂ ਤਤਸਮਕ ਦੀ ਵਰਤੋਂ ਕਰਦੇ ਹੋਏ ਹੇਠਾਂ ਲਿਖਿਆਂ ਦਾ ਗੁਣਨ ਫਲ ਪਤਾ ਕਰੋ। ਸੋ ਅਸੀਂ ਇਹ 'ਚ ਬੱਚੋ ਤਤਸਮਕ ਦੀ ਵਰਤੋਂ ਕਰਾਂਗੇ, ਅਤੇ ਜਿਵੇਂ ਅਸੀਂ ਰਵਾਇਤੀ ਤੌਰ 'ਤੇ ਪਹਿਲੇ ਬ੍ਰੈਕਟ ਖੋਲ੍ਹ ਕੇ ਗੁਣਾ ਕਰਕੇ ਕਰਦੇ ਹਾਂ, ਉੱਦਾਂ ਨਹੀਂ ਕਰਾਂਗੇ। ਸੋ 13 ਭਾਗ ਨੇ ਇਹਦੇ ਵਿੱਚ, ਅਤੇ ਆਓ ਇੱਕ ਇੱਕ ਕਰਕੇ ਕਰੀਏ। ਅੱਗੇ ਵਧਣ ਤੋਂ ਪਹਿਲੇ ਪਹਿਲੇ ਪਿਆਰੇ ਵਿਦਿਆਰਥੀ, ਤੁਹਾਨੂੰ ਦੱਸਦਾ ਕਿ ਇਸੇ ਚੈਨਲ 'ਤੇ ਤੁਹਾਡੀ 8ਵੀਂ ਜਮਾਤ ਨਾਲ ਜੁੜੀਆਂ ਹੋਰ ਪਲੇਲਿਸਟ ਵੀ ਹੈਗੀਆਂ, ਤੁਸੀਂ ਉਹ ਵੀ ਜ਼ਰੂਰ ਦੇਖੋ। ਇੱਕ ਹੈਗੀ 8th ਮੈਥ ਨੋਟਸ, ਫਿਰ ਹੈਗੀ 8th ਸਾਇੰਸ, ਫਿਰ ਹੈਗੀ ਹੈ ਤੁਹਾਡੀ 8th ਇੰਗਲਿਸ਼, 8th ਗ੍ਰੈਮਰ, ਇੱਕ ਹੈਗੀ ਗਣਿਤ ਦੇ ਸਿਧਾਂਤ, ਅਤੇ ਇੱਕ ਹੈਗੀ ਹੈ ਮੈਥ ਸ਼ਾਰਟਕਟਸ ਐਂਡ ਟ੍ਰਿਕਸ। ਸੋ ਤੁਸੀਂ ਉਹਦੀ ਪਲੇਲਿਸਟ ਵੀ ਜ਼ਰੂਰ ਦੇਖੋ। ਸੋ ਦੇਖਿਓ, ਜੋ ਪਹਿਲਾ ਭਾਗ ਹੈਗਾ, ਕਹਿੰਦੇ ਐਕਸ ਜਮਾਂ ਵਾਈ ਅਤੇ ਗੁਣਾ ਐਕਸ ਜਮਾਂ ਵਾਈ। ਇੱਦਾਂ ਦਾ ਇੱਕੋ ਚੀਜ਼ ਜਿਹੜੀ ਦੋ ਵਾਰ ਗੁਣਾ ਹੋ ਰਹੀ ਹੈ, ਅਤੇ ਇਹ ਬਰਾਬਰ ਹੈਗਾ ਐਕਸ ਜਮਾਂ ਵਾਈ ਪੂਰੇ ਦਾ ਵਰਗ। ਠੀਕ ਹੈ, ਫਿਰ ਅਸੀਂ ਤਤਸਮਕ ਬਾਰੇ ਜਾਣਕਾਰੀ ਦੇਣੀ ਹੈ, ਪਹਿਲੇ ਲਿਖਣਾ ਹੈ। ਅਸੀਂ ਜਾਣਦੇ ਹਾਂ ਕਿ ਏ ਜਮਾਂ ਬੀ ਪੂਰੇ ਦਾ ਵਰਗ ਹੁੰਦਾ ਹੈ, ਏ ਵਰਗ ਜਮਾਂ 2AB ਜਮਾਂ ਬੀ ਵਰਗ। ਇਹ ਤੁਹਾਨੂੰ ਤਤਸਮਕ ਜਿਹੜਾ ਹੈ ਇਹ ਕੰਠ ਹੋਣਾ ਚਾਹੀਦਾ ਹੈ। ਹੁਣ ਇਹਦਾ ਮਤਲਬ ਕਿ ਏ ਦੀ ਥਾਂ ਐਕਸ ਪਾਉਣਾ ਹੈ ਅਤੇ ਬੀ ਦੀ ਥਾਂ ਵਾਈ ਪਾਉਣਾ ਹੈ। ਇੱਥੇ ਐਕਸ ਹੈਗਾ, ਦੇਖੋ ਏ ਮਤਲਬ ਹੈ ਐਕਸ ਦੀ ਥਾਂ ਏ, ਏ ਦੀ ਥਾਂ ਐਕਸ ਅਤੇ ਬੀ ਦੀ ਥਾਂ ਵਾਈ। ਸੋ ਜਿਹੜੇ ਏ ਦੀ ਥਾਂ ਐਕਸ ਅਤੇ ਬੀ ਦੀ ਥਾਂ ਵਾਈ ਭਰ ਕੇ ਇਹ ਬਣ ਜਾਏਗਾ ਐਕਸ ਵਰਗ, ਏ ਦੀ ਜਗ੍ਹਾ ਐਕਸ ਵਰਗ, ਅਤੇ 2 ਦਾ 2 ਏ ਦੀ ਥਾਂ ਐਕਸ, ਬੀ ਦੀ ਥਾਂ ਵਾਈ, ਅਤੇ ਫਿਰ ਵਾਈ ਦਾ ਵਰਗ। ਸੋ ਇਹ ਬਣ ਗਿਆ ਬੱਚੋ ਐਕਸ ਵਰਗ ਜਮਾਂ 2XY ਜਮਾਂ ਵਾਈ ਵਰਗ। ਬੜਾ ਮੁੱਢਲਾ ਜਿਹਾ ਕਿਸਮ ਦਾ ਪਹਿਲਾ ਭਾਗ ਸੀਗਾ। ਅਗਲਾ ਦੇਖੀਏ, ਵਾਈ ਜਮਾਂ 2X ਗੁਣਾ ਵਾਈ ਜਮਾਂ 2X, ਇਹ ਬਰਾਬਰ ਹੋ ਗਿਆ ਵਾਈ ਜਮਾਂ 2X ਪੂਰੇ ਦਾ ਵਰਗ। ਫਿਰ ਉਹੀ ਅਸੀਂ ਜਾਣਦੇ ਹਾਂ ਕਿ ਏ ਜਮਾਂ ਬੀ ਪੂਰੇ ਦਾ ਵਰਗ ਇਹਦੇ ਬਰਾਬਰ ਹੁੰਦਾ ਹੈ। ਸੋ ਏ ਬਰਾਬਰ ਵਾਈ ਅਤੇ ਬੀ ਬਰਾਬਰ 2X ਭਰ ਕੇ। ਠੀਕ ਹੈ, ਇਹ ਦੇਖੋ, ਇਹ ਨਾ ਇੱਥੇ ਏ ਦੀ ਜਗ੍ਹਾ ਵਾਈ ਆ ਜਾਏਗਾ ਅਤੇ ਬੀ ਦੀ ਜਗ੍ਹਾ 2X ਆ ਜਾਏਗਾ। ਸੋ ਏ ਦੀ ਜਗ੍ਹਾ ਵਾਈ ਭਰਿਆ ਇੱਥੇ, ਅਤੇ 2Y ਅਤੇ ਫਿਰ 2X ਪਾਇਆ ਬੀ ਦੀ ਥਾਂ, ਅਤੇ ਜਮਾਂ 2X ਪੂਰੇ ਦਾ ਵਰਗ। ਸੋ ਵਾਈ ਵਰਗ ਵਾਈ ਵਰਗ ਹੋ ਗਿਆ, ਇਹ 2 ਗੁਣਾ 2 4 ਹੋ ਗਿਆ, ਅਤੇ 4XY, ਅਤੇ 2 ਦੂਣੀ 4, ਅਤੇ ਐਕਸ ਦਾ ਵਰਗ 4X ਵਰਗ, ਇਹ ਸਾਡਾ ਹੋ ਗਿਆ। ਠੀਕ ਹੈ, ਅੱਗੇ ਚੱਲੀਏ। ਅਗਲਾ ਆ ਗਿਆ ਫਿਰ ਏ ਜਮਾਂ 7B, ਫਿਰ ਏ ਜਮਾਂ 7B, ਭਾਵ ਏ ਜਮਾਂ 7B ਪੂਰੇ ਦਾ ਵਰਗ। ਸੋ ਉਹੀ ਵਾਲਾ ਬੱਚੋ ਤਤਸਮਕ ਵਰਤਿਆ ਜਾਏਗਾ ਜਿਹੜਾ ਪਹਿਲੇ ਵਰਤਿਆ ਗਿਆ। ਸੋ ਇੱਥੇ ਏ ਦੀ ਥਾਂ ਏ ਅਤੇ ਬੀ ਦੀ ਥਾਂ 7B। ਠੀਕ ਹੈ, ਸੋ ਏ ਵਰਗ ਜਮਾਂ 2A, ਬੀ ਦੀ ਥਾਂ 7B, ਅਤੇ 7B ਦਾ ਵਰਗ। ਸੋ ਇਹ ਬੱਚੋ 2 7 ਕਿੰਨਾ ਹੁੰਦਾ 14। ਸੋ ਏ ਵਰਗ ਜਮਾਂ 14AB, ਅਤੇ 7 ਦਾ ਵਰਗ ਬਣੇਗਾ 7 7 49, ਅਤੇ ਬੀ ਦਾ ਵਰਗ 49B ਵਰਗ। ਇਹ ਆ ਗਿਆ ਜਵਾਬ। ਹੁਣ ਆ ਗਿਆ ਬੱਚੋ ਘਟਾ ਵਾਲਾ ਨਿਸ਼ਾਨ, ਹੈ ਦੇਖੋ 2A ਘਟਾ B, ਫਿਰ 2A ਘਟਾ B, ਭਾਵ 2A ਘਟਾ B ਪੂਰੇ ਦਾ ਵਰਗ। ਹੁਣ ਅਸੀਂ ਤਤਸਮਕ ਏ ਘਟਾ ਬੀ ਪੂਰੇ ਦਾ ਵਰਗ ਵਰਤਾਂਗੇ। ਅਸੀਂ ਜਾਣਦੇ ਹਾਂ ਕਿ ਏ ਘਟਾ ਬੀ ਪੂਰੇ ਦਾ ਵਰਗ ਹੁੰਦਾ ਏ ਵਰਗ ਘਟਾ 2AB ਜਮ੍ਹਾਂ ਬੀ ਵਰਗ। ਹੁਣ ਧਿਆਨ ਨਾਲ ਦੇਖੋ ਬੱਚੋ, ਜਿੱਥੇ ਜਮ੍ਹਾਂ ਦਾ ਨਿਸ਼ਾਨ ਹੋਵੇ ਸਾਰੇ ਪਦਾਂ ਦੇ ਵਿੱਚ ਜਮ੍ਹਾਂ ਦਾ ਨਿਸ਼ਾਨ ਹੁੰਦਾ ਹੈ, ਅਤੇ ਜੇ ਇੱਥੇ ਘਟਾ ਦਾ ਨਿਸ਼ਾਨ ਹੋਵੇ, ਜਿਹੜਾ 2AB ਹੈਗਾ ਵਾਲਾ ਮੱਧ ਜਿਹੜਾ ਪਦ ਹੈਗਾ ਇਹਦੇ ਮੂਹਰੇ ਘਟਾ ਦਾ ਨਿਸ਼ਾਨ ਲੱਗ ਜਾਂਦਾ। ਇੰਨਾ ਹੀ ਫਰਕ ਹੈ, ਦੇਖੋ ਇੱਥੇ ਏ ਵਰਗ ਅਤੇ ਬੀ ਵਰਗ ਉਹੀ ਹੈਗੇ ਨੇ, ਇੱਥੇ ਜਮ੍ਹਾਂ 2AB ਹੈਗਾ, ਅਤੇ ਇੱਥੇ ਘਟਾ 2AB ਹੈਗਾ। ਠੀਕ ਹੈ, ਸੋ ਹੁਣ ਅਸੀਂ ਇਹ ਭਰਾਂਗੇ ਏ ਦੀ ਥਾਂ 2A ਅਤੇ ਬੀ ਦੀ ਥਾਂ ਬੀ। ਸੋ ਇੱਥੇ 2A ਭਰਤਿਆ, ਭਰਤਾ ਇੱਥੇ ਵੀ 2A, ਅਤੇ ਇੱਥੇ ਬੀ ਦਾ ਬੀ, ਬੀ ਦਾ ਬੀ। ਸੋ 2 ਦੂਣੀ 4, 4A ਦਾ ਵਰਗ। ਠੀਕ ਹੈ, ਫਿਰ 2 ਦੂਣੀ 4 ਅਤੇ AB, 4AB ਅਤੇ ਜਮ੍ਹਾਂ ਬੀ ਦਾ ਵਰਗ। ਇਹ ਆ ਗਿਆ ਸਾਡਾ ਜਵਾਬ। ਅੱਗੇ ਦੇਖੀਏ ਹੁਣ 5ਵਾਂ ਭਾਗ, 2X ਘਟਾ 3Y, 2X ਘਟਾ 3Y ਬਰਾਬਰ 2X ਘਟਾ 3Y ਪੂਰੇ ਦਾ ਵਰਗ। ਉਹੀ ਅਸੀਂ ਏ ਘਟਾ ਬੀ ਪੂਰੇ ਦਾ ਵਰਗ ਵਾਲਾ ਤਤਸਮਕ ਵਰਤਾਂਗੇ। ਸੋ ਏ ਦੀ ਥਾਂ 2X ਭਰਨਾ ਹੈ, ਅਤੇ ਬੀ ਦੀ ਥਾਂ 'ਤੇ 3Y ਭਰਨਾ ਹੈ। ਸੋ ਏ ਦੀ ਥਾਂ 2X ਭਰਤਾ, ਇੱਥੇ 2X ਭਰਤਾ, ਅਤੇ ਬੀ ਦੀ ਥਾਂ 3Y, ਅਤੇ ਇੱਥੇ 3Y ਭਰ ਦਿੱਤਾ। ਸੋ 2 ਦਾ ਵਰਗ 4, ਅਤੇ ਐਕਸ ਦਾ ਵਰਗ ਐਕਸ ਵਰਗ, 4X ਵਰਗ ਹੋ ਗਿਆ। ਘਟਾ ਅਸੀਂ 2 ਦੂਣੀ 4, 4 3 12, 12XY, 12XY ਹੋ ਗਿਆ, ਅਤੇ 3 3 9, ਅਤੇ ਵਾਈ ਦਾ ਵਰਗ ਜਮ੍ਹਾਂ 9Y ਵਰਗ। ਇਹ ਆ ਗਿਆ ਸਾਡਾ ਜਵਾਬ। ਅਗਲਾ ਬੱਚਿਓ, ਐਕਸ ਘਟਾ 1/2Y ਗੁਣਾ ਐਕਸ ਘਟਾ 1/2Y। ਇਹਨੂੰ ਅਸੀਂ ਸਰਲ ਕਰਕੇ ਲਿਖ ਲੈਂਦੇ ਬੱਚਿਓ, 1 ਨੂੰ ਵਾਈ ਨਾਲ ਗੁਣਾ ਕਰ ਦਾਂਗੇ, ਇੱਥੇ 1 ਨੂੰ ਵਾਈ ਨਾਲ ਗੁਣਾ ਕਰ ਦਾਂਗੇ, ਇਹ ਬਣ ਜਾਏਗਾ ਐਕਸ ਘਟਾ ਵਾਈ ਬਟਾ 2।
गुणा एक्स घटा वाई बटा दो। ये थोड़ा सिंपल जहा ना सादा हो गया, अंश नू है पूर्ण जड़ा है वाई है इन्ना असी अपना गुणा कर देता, वाई ना गुणा कर देता। सो यह बराबर हो गया बच्चों एक्स घटा वाई बटा दो पूरे का वर्ग। तो यही वाला बच्चों इतने अभी भरना है, ए बराबर एक्स भरेंगे, ए वाला ए एक्स है तो वाई की थां तो बी की थां भरेंगे वाई बटा दो। यही वाला जोड़ा दशमक है ए घटा बी पूरे का वर्ग जोड़ा है ये बराबर होंगे। सो ए की थां एक्स पा दिता तो बी की थां वाई बटा दो पा दिता। सो लो जी इतने एक्स पाता ए की थां दो एक्स, फिर बी की थां वाई बटा दो, तो बी की थां वाई बटा दो। सो एक्स वर्ग तो एक्स वर्ग आ गया, यह दो के बचे दो कट गया, तो इतने कला बचा एक्स वाई घटा एक्स वाई, तो जमा वाई बटा दो का वर्ग हो जाएगा वाई वर्ग, तो दो का वर्ग चार, वाई वर्ग बटा चार, यह साडा आ गया जवाब। यह थोड़ा वक्रे किस्म का सगा, इनू तुम दो तीन बार कर लेना। ठीक है अगे चलिए, अगला आ गया बच्चे दो एक्स जमा तीन वाई, तो दो एक्स जमा तीन वाई। सो दो एक्स जमा तीन वाई पूरे का वर्ग, फिर जमा वाला तत्समक असी वरतेंगे, तो ए जमा बी पूरे का वर्ग बराबर इन्ना होता है। ठीक है हुण ए की थां दो एक्स भरना है, तो बी की थां तीन वाई भरना है। सो इतने ए की थां दो एक्स पाता, इतने भी दो एक्स पाता, तो बी की थां इतने तीन वाई, तो इतने भी तीन वाई। सो दो दूनी चार, चार एक्स वर्ग यह बन गया। सो दो दूनी चार, चार तीय बारह, बारह एक्स वाई, तो तीन तीय नौ वाई का वर्ग, यह आ गया साडा जवाब। हुण अगला बच्चों वक्रे किस्म का सवाल आ गया, 101 नूं 99 नाल गुणा करना है। ठीक है हुण आम तौर पर बंदा की करेगा, पहले 9 नाल गुणा करेगा, फिर 9 नाल गुणा करेगा, फिर जोड़ेगा, इदा करने की लोड़ नहीं, असी जुगती वरत सकते हाँ। यह देखो कि जुगती असी वरतेंगे, इतने तत्समक की वरतों करा, उन्ना कम जवानी हो जाएगा तो सौखा हो जाएगा। 101 नूं मैं 100 बटा 100 जमा 1 लिख सकता हूँ, लिख सकता ना, क्योंकि 100 जमा 1 101 होंगे, तो 99 नूं मैं 100 घटा 1 लिख सकता हूँ, क्योंकि 100 चो 1 गया 99। ठीक है बच्चों हुण असी तत्समक यह वाला वरतेंगे, असी जानते हाँ कि ए जमा बी ब्रैकेट पा के ए घटा बी बराबर ए वर्ग घटा बी वर्ग, वही चीज़ है ना। हुण सो ए बराबर 100 तो बी बराबर 1 भर के, ये देखो ना, ठीक है ना बच्चा, देखो ए जमा बी ए घटा बी, जे इदा चीज हो तो वह बच्चों ये बराबर होंगी ए वर्ग घटा बी वर्ग। याद रखना कंठा लेना है, जदों तक तुम गणित का विषय रखोगे यदि वरतों होंगी रहेगी, सारे तत्समक जड़े ने नौवीं ची वरते जाएंगे, दसवीं ची वरते जाएंगे, तो जे तुम ग्यारहवीं च मैथ लेंगे उत्थे भी वरते जाएंगे। ठीक है सो इन्हों की वरतों होंगी रहेगी हमेशा, सो इस करके उन्होंने तुम चंकी तरह कंठ कर लेना। पहले दो तत्समक कैबले असी वरते हैं, ए जमा बी वाले तो ए घटा बी पूरे का वर्ग, यह तीजा आ गया वाला, ए जमा बी तो गुणा ए माइनस बी ए वर्ग घटा बी वर्ग। सो बच्चों इतने पाता ए की थां 100 तो बी की थां 1, 100 का वर्ग बच्चों कितना हो जाएगा, जिहड़ियां सिफर है डबल कर दो, ये इतने दो सिफर ने चार सिफर हो जाएंगी, यह 100 का वर्ग बन गया, तो 1 का वर्ग तो 1 ही होंगे। हुण बच्चों 10,000 चो 1 घटाना हो सीधा आ गया 9,999, क्योंकि 1 चो 9 गया इतने, एक और नौ 10, फिर एक और नौ 10, एक और नौ 10, एक और नौ 10, बस सीधा जा बड़ा है, जवानी ही हो गया। ठीक है बच्चों सो 10,000 चो 1 गया 9,999। ठीक है अगे चलिए, अगला आ गया बच्चों नवा भाग, ते आ गया एक्स जमा वाई बटा 10, फिर एक्स घटा वाई बटा 10, वही जरा पहले वाला सी ए जमा बी ए घटा बी, असी जानते हैं कि ए जमा बी ए गुणा बी बराबर ए वर्ग घटा बी वर्ग। सो ए बराबर एक्स भरना है तो बी बराबर वाई बटा 10 भरना है। सो भरता एक्स वर्ग घटा वाई बटा 10 वर्ग, एक्स वर्ग का तो बच्चों एक्स वर्ग ही आ जाएगा, घटा का निशान उधर ही रहेगा, वाई का वाई वर्ग का बन जाएगा वाई वर्ग, तो 10 वर्ग का बन जाएगा 100, सो यह बन जाएगा वाई वर्ग बटा 100 आ गया जी। हुण देखो होर किस, हुण उल्टा आ गया 61 का वर्ग घटा 39 का वर्ग। ठीक है हुण असीं की करना बच्चों, यह सज्जे पासे नूं खब्बे पासे लिख लेना है, तो खब्बे पासे नूं सज्जे पासे लिख लेना, असीं इदां भी कर सकते हैं जे सानूं इदां दे वर्ग आ जाण। ए तुसीं देखो किस किस्म के खास वर्ग है ने, उन्हों का अंतर कढ़ना हो कि कढ़ा। सो असी लिखांगे, असी जानते हाँ कि ए वर्ग घटा बी वर्ग बराबर ए जमा बी गुणा ए घटा बी। सो ए बराबर 61 ते बी बराबर 39 भर के, सो है बच्चों 61 वर्ग घटा 39 वर्ग इतने भर दिता, तो बराबर हो जाएगा 61 जमा 39 ब्रैकेट पा के 61 घटा 39। हुण 61 जमा 39 कितना होंगे बच्चों 100, देखो 9 और 1 10, 3 और 1 4 और 6 10, यह 100 हो गया, तो 61 चो 39 का किन्ना हो गया 9 और 2 11, 3 और 1 4 और 2 6 22। लो जी 22 नूं 100 नाल गुणा किया तो 2200 जवाब आ गया। जवानी तुहानू 61 का वर्ग, पहले बंदा पहले तुसीं हुण 61 का वर्ग कढ़ोगे, दो बार गुणा करोगे 61 नूं, है ना, 1 नाल फिर 6 नाल, फिर 39 का वर्ग कढ़ोगे, फिर 9 नाल गुणा, फिर 3 नाल गुणा, फिर जोड़ोगे किन्ना टाइम लग जाएगा, फिर दोनों का अंतर कढ़ोगे। यह करन की लोड़ ही नहीं बच्चों, जदों इदा आवे
ਤੇ ਸਿੱਧਾ ਇਹ ਵਾਲਾ ਤਤਸਮਕ ਵਰਤਣਾ ਹੈ ਤੇ ਜਵਾਨੀ ਹੀ ਤੁਹਾਡਾ ਜਵਾਬ ਜਿਹੜਾ ਹੈ ਉਹ ਆ ਜਾਏਗਾ। ਠੀਕ ਹੈ, ਅੱਗੇ ਚਲੀਏ। ਅਗਲਾ ਆ ਗਿਆ ਬੱਚੋ x ਬਟਾ 2 ਜਮਾ 3 y ਬਟਾ 4, ਬ੍ਰੈਕਟ ਪਾ ਕੇ x ਬਟਾ 2 ਜਮਾ 3 y ਬਟਾ 4। ਹੁਣ ਫਿਰ ਵਹੀ ਜੋ ਪਹਿਲੀ ਅਸੀਂ ਤਤਸਮਕ ਵਰਤੀ ਸੀ ਉਹਦੀ ਵਰਤੋਂ ਆ ਗਈ, a ਜਮਾ b ਪੂਰੇ ਦਾ ਵਰਗ ਬਰਾਬਰ a ਵਰਗ ਜਮਾ 2ab ਜਮਾ b ਵਰਗ। ਸੋ a ਬਰਾਬਰ x ਬਟਾ 2 ਹੈਗਾ ਤੇ b ਬਰਾਬਰ 3 y ਬਟਾ 4 ਹੈਗਾ। ਇਹ ਭਰ ਦਿੱਤਾ x ਬਟਾ 2 ਵਰਗ ਜਮਾ 2 x ਬਟਾ 2 3 y ਬਟਾ 4 ਤੇ ਜਮਾ 3 y ਬਟਾ 4 ਦਾ ਵਰਗ। ਹੁਣ x ਵਰਗ ਬਟਾ 4, x ਵਰਗ ਬਟਾ 4, ਇਹ 2 ਦੇ ਨਾਲ ਇਹ 2 ਕੱਟ ਗਿਆ। ਸੋ ਇਹ ਬਣ ਗਿਆ 3 x y x, 3 ਤੇ y ਨੂੰ ਗੁਣਾ ਕੀਤਾ 3 x y ਤੇ ਬਟਾ 4, 3 x y ਬਟਾ 4, 3 ਦਾ ਵਰਗ 9 ਤੇ 4 ਦਾ ਵਰਗ 16 ਤੇ y ਦਾ ਵਰਗ y ਵਰਗ। ਠੀਕ ਹੈ, ਸੋ 9 y ਵਰਗ ਬਟਾ 16 ਇਹ ਸਾਡਾ ਆ ਗਿਆ ਜਵਾਬ। ਹੁਣ ਆ ਗਿਆ ਬੱਚੋ ਉਸੇ ਕਿਸਮ ਦਾ ਸਵਾਲ ਜਿਹੜਾ ਅਸੀਂ ਪਹਿਲਾਂ ਕੀਤਾ ਸੀਗਾ, ਇੱਕ 54 ਗੁਣਾ 46। ਠੀਕ ਹੈ, ਸੋ ਇਹਨੂੰ ਅਸੀਂ ਮੈਂ ਇੱਦਾਂ ਲਿਖ ਸਕਦਾ ਬੱਚੋ, 54 ਨੂੰ ਮੈਂ ਲਿਖ ਸਕਦਾ 50 ਜਮਾ 4 ਤੇ 46 ਨੂੰ ਲਿਖ ਸਕਦਾ ਮੈਂ 50 ਘਟਾ 4। ਤੇ ਅਸੀਂ ਫਿਰ ਇਹ ਵਾਲਾ ਤਤਸਮਕ ਵਰਤਾਂਗੇ, ਅਸੀਂ ਜਾਣਦੇ ਹਾਂ ਕਿ a ਜਮਾ b a ਗੁਣ a ਘਟਾ b ਬਰਾਬਰ a ਵਰਗ ਘਟਾ b ਵਰਗ। ਸੋ a ਦੀ ਥਾਂ 50 ਭਰਨਾ ਹੈ ਤੇ b ਦੀ ਥਾਂ 4 ਭਰਨਾ ਹੈ। ਠੀਕ ਹੈ ਬੱਚਿਓ, ਇਹ ਦੇਖੋ ਇਹ 50 ਹੈ, ਇਹ 4 ਹੈ। ਸੋ ਇਹ ਕੀ ਹੋ ਜਾਏਗਾ, 50 ਵਰਗ ਘਟਾ 4 ਵਰਗ। ਹੁਣ 50 ਦਾ ਵਰਗ ਕਿੰਨਾ ਬੜਾ ਸੌਖਾ ਹੈ ਬੱਚੋ, 5 5 25 ਤੇ 2 ਸਿਫਰ ਲੱਗ ਜਾਣਗੇ, 2500 ਤੇ 4 4 16। ਲਓ ਜੀ 2500 ਚੋਂ 16 ਗਿਆ ਤੇ ਇੱਥੇ 24 ਤੇ ਆਣਾ ਹੀ ਆਣਾ ਹੈ ਕਿਉਂਕਿ ਇੱਕ 16 ਕੱਢਣਾ ਹੈ ਨਾ। ਸੋ 2400 ਤੇ 100 ਚੋਂ 16 ਗਿਆ ਕਿੰਨਾ ਹੁੰਦਾ ਹੈ, 84। ਸੋ 2484 ਹੈ ਸਾਡਾ ਜਵਾਬ ਆ ਗਿਆ, ਜਵਾਨੀ ਹੀ ਹੈ, ਤੁਸੀਂ ਕਰ ਸਕਦੇ ਹੋ। ਠੀਕ ਹੈ, ਹੁਣ ਆ ਗਿਆ ਬੱਚੋ ਆਖਰੀ ਭਾਗ। ਦੇਖੋ ਇਹਨਾਂ ਨੇ ਥੋੜ੍ਹਾ ਤੁਹਾਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹਨਾਂ ਨੇ ਲਿਖੇ ਕਿਊ ਜਮਾ ਪੀ ਤੇ ਇੱਥੇ ਲਿਖੇ ਪੀ ਘਟਾ ਕਿਊ। ਹੁਣ ਇਧਰ ਘਬਰਾਉਣਾ ਨਹੀਂ, ਤੁਸੀਂ ਕਹੋ ਜੀ ਇੱਥੇ ਤੇ ਪੀ ਘਟਾ ਕਿਊ ਹੈਗਾ ਤੇ ਇੱਥੇ ਪੀ ਜਮਾ ਕਿਊ ਹੋਣਾ ਚਾਹੀਦਾ ਸੀਗਾ, ਤੇ ਕੋਈ ਗੱਲ ਨਹੀਂ, ਇੱਥੇ ਇਹਨਾਂ ਨੇ ਜਾਣ ਕੇ ਕਿਊ ਜਮਾ ਪੀਊ ਲਿਖ ਦਿੱਤਾ, ਪਰ ਅਸੀਂ ਕਿਊ ਜਮਾ ਪੀ ਨੂੰ ਪੀ ਜਮਾ ਕਿਊ ਵੀ ਲਿਖ ਸਕਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਹੜੀਆਂ ਪਰਿਮੇਯ ਸੰਖਿਆ ਹੁੰਦੀਆਂ ਹਨ ਉਹ ਜੋੜ ਦੇ ਅਧੀਨ ਬੰਦ ਹੁੰਦੀਆਂ ਹਨ। ਇਹਦਾ ਮਤਲਬ 2 ਜਮਾ 3 5 ਦੇ ਬਰਾਬਰ ਹੁੰਦਾ ਹੈ ਤੇ 3 ਜਮਾ 2 ਵੀ 5 ਦੇ ਬਰਾਬਰ ਹੁੰਦਾ ਹੈ। ਸੋ ਜੋੜਨ ਲੱਗੇ ਜੋ ਕ੍ਰਮ ਲਿਖਣਾ ਹੈ, ਪਹਿਲੀ ਸੰਖਿਆ ਕਿਹੜੀ ਲਿਖਣੀ ਹੈ ਤੇ ਦੂਜੇ ਥਾਂ ਕਿਹੜੀ ਸੰਖਿਆ ਲਿਖਣੀ ਹੈ, ਉਹਨਾਂ ਕੋਈ ਫਰਕ ਨਹੀਂ ਪੈਂਦਾ। 7 ਜਮਾ 3 ਵੀ 10 ਹੁੰਦਾ ਹੈ ਤੇ 3 ਜਮਾ 7 ਵੀ 10 ਹੁੰਦਾ ਹੈ। ਪਰ ਬੱਚੇ ਉਸ ਤਤਸਮਕ ਨੂੰ ਵਰਤਣ ਲਈ ਇੱਥੇ ਪੀ ਘਟਾ ਕਿਊ, ਪਹਿਲੇ ਪੀ ਹੈਗਾ ਤੇ ਮੈਂ ਇਸ ਕਰਕੇ ਇੱਥੇ ਪਹਿਲੇ ਪੀ ਲਿਖ ਦਿੱਤਾ। ਸੋ ਪੀ ਜਮਾ ਕਿਊ ਤੇ ਪੀ ਘਟਾ ਕਿਊ। ਹੁਣ ਅਸੀਂ ਜਾਣਦੇ ਹਾਂ ਕਿ a ਜਮਾ b a ਘਟਾ b ਬਰਾਬਰ a ਵਰਗ ਘਟਾ b ਵਰਗ। ਸੋ a ਬਰਾਬਰ p, a ਦੀ ਥਾਂ p ਤੇ b ਦੀ ਥਾਂ q ਭਰ ਕੇ ਸਾਨੂੰ ਮਿਲ ਜਾਏਗਾ p ਜਮਾ q p ਘਟਾ q, ਇਹਦੇ ਜਿਹੜਾ ਹੈਗਾ ਬਰਾਬਰ p ਵਰਗ ਘਟਾ q ਵਰਗ। ਇਹ ਆ ਗਿਆ ਸਾਡਾ ਜੋ। ਸੋ ਬੱਚੋ ਬੜਾ ਵਧੀਆ ਇਹ ਸਵਾਲ ਸੀਗਾ, 13 ਭਾਗ ਸੀਗੇ ਮੁੱਢਲੇ ਕਿਸਮ ਦੇ ਤੇ ਚ ਤੁਹਾਡੇ 3 ਕਿਸਮ ਦੇ ਜਿਹੜੇ ਤਤਸਮਕ ਨੇ ਉਹਨਾਂ ਦਾ ਤੁਹਾਡਾ ਚੰਗਾ ਵਾਵਾ ਅਭਿਆਸ ਹੋ ਜਾਏਗਾ। ਸੋ ਸਾਰੇ ਭਾਗਾਂ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰ ਲੈਣਾ ਹੈ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।